ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਟਿੱਕਰੀ ਬਾਰਡਰ ਤੋਂ ਆਹ ਵੀਡੀਓ ਹੈ ਜਿਹੜੀ ਉਹ ਬਣਾ ਰਹੇ ਹਾਂ। ਇਸ ਵੀਡੀਓ ਦੇ ਜ਼ਰੀਏ ਖਾਲਸਾ ਏਡ ਦੇ ਵੱਲੋਂ ਜਿਹੜਾ ਨਵਾਂ ਇਨੀਸ਼ੀਏਟ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈ ਉਹ ਸੰਗਤਾਂ ਦੀ ਸੇਵਾ ਦੇ ਵਿੱਚ ਲੈ ਕੇ ਆਏ ਹਾਂ, ਕਿਸਾਨ ਮੌਲ। ਸੋ ਆਹ ਪ੍ਰੋਜੈਕਟ ਦੇ ਤਹਿਤ ਅਸੀਂ ਇਹ ਜਿਹੜੇ ਕੂਪਨਸ ਨੇ, ਇਹ ਕੂਪਨਸ ਜਿਹੜੇ ਡਿਸਟ੍ਰੀਬਿਊਟ ਕੀਤੇ ਟਰਾਲੀਆਂ ਦੇ ਵਿੱਚ ਜਾ ਕੇ। ਇੱਕ ਇੱਕ ਟਰਾਲੀ ਨੂੰ ਅਸੀਂ ਜਿੰਨੇ ਬੰਦੇ ਸੀਗੇ ਉਹਨਾਂ ਨੂੰ ਕੂਪਨ ਦੇ ਕੇ, ਉਸ ਤੋਂ ਬਾਅਦ ਇੱਕ ਆ ਫਾਰਮ ਸੈਟਅਪ ਕੀਤਾ ਗਿਆ। ਫਾਰਮ ਦੇ ਵਿੱਚ ਉਹਨਾਂ ਦੀਆਂ ਡਿਟੇਲਸ ਲਿਖ ਕੇ, ਜੋ ਜੋ ਸਮਾਨ ਸਾਡੇ ਕੋਲ ਹੈਗਾ 23 ਆਈਟਮਾਂ ਨੇ, ਉਹਨਾਂ ਦੇ ਵਿੱਚੋਂ ਜੋ ਕਿਸਾਨ ਭਰਾਵਾਂ ਨੂੰ ਕੁਛ ਚਾਹੀਦਾ ਉਹ ਟਿੱਕ ਕਰਕੇ ਅੱਗੇ ਫਾਰਮ ਭਰ ਕੇ ਸਾਡੇ ਸੇਵਾਦਾਰ। ਆਹ ਜਿਹੜਾ ਕਿਸਾਨ ਮੌਲ ਹੈ ਜੀ, ਇਹ ਖਾਲਸਾ ਏਡ ਦਾ ਜਿਹੜਾ ਇੱਕ ਨਵਾਂ ਇਨੀਸ਼ੀਏਟ ਜਿਹੜਾ ਲਿੱਤਾ ਗਿਆ ਕਿਸਾਨ ਮੌਲ। ਇਸ ਦੇ ਵਿੱਚ ਆਹ ਸਾਰੇ ਸੇਵਾਦਾਰ ਖੜੇ ਨੇ ਜੀ। ਆਹ ਸੇਵਾਦਾਰਾਂ ਦੇ ਕੋਲੋਂ ਜਿਵੇਂ ਹੁਣ ਇਹ ਬਾਪੂ ਜੀ ਨੇ ਇਹਨਾਂ ਦੀਆਂ ਡਿਟੇਲਸ ਲਿਖੀਆਂ ਹੋਈਆਂ, ਤੇ ਇਹਨਾਂ ਨੂੰ ਥਰਮਲ ਚਾਹੀਦਾ, ਇਹਨਾਂ ਨੂੰ ਗਰਮ ਸੂਟ ਚਾਹੀਦਾ, ਗਰਮ ਸੂਟ ਦੇ ਅੱਗੇ ਟਿੱਕ ਹੈ। ਆਹ ਸੇਵਾਦਾਰ ਸਾਰੇ ਅਲੱਗ ਅਲੱਗ ਸੈਕਸ਼ਨ ਦੇ ਵਿੱਚ ਖੜੇ ਨੇ, ਔਰ ਇਹ ਸਾਰਾ ਸਮਾਨ ਤੁਸੀਂ ਦੇਖ ਰਹੇ ਇੱਥੇ ਪਿਆ, ਔਰ ਥਰਮਲ ਸੈਕਸ਼ਨ ਦੇ ਵਿੱਚ ਜਾ ਕੇ ਇਹਨਾਂ ਨੂੰ ਥਰਮਲਸ ਆ ਜਿਹੜੇ ਉਹ ਦੇਣਗੇ। ਉਸ ਤੋਂ ਬਾਅਦ ਇਹ ਫਾਰਮ ਜਿਹੜਾ ਸਾਡੇ ਕੋਲ ਰੱਖ ਕੇ, ਇਹ ਫਾਰਮ ਦੀ ਜਿਹੜੀ ਐਂਟਰੀ ਹੈ ਉਸ ਦੇ ਵਿਚਕਾਰ, ਜਿਵੇਂ ਹੁਣ ਭਾਈ ਸਾਹਿਬ ਤੁਸੀਂ ਵੀ ਇੱਥੇ ਲੈਣ ਕੀ ਚਾਹੀਦਾ ਸੀਗਾ ਜੀ? ਅੱਛਾ, ਸ਼ੂਜ਼, ਇਹਨਾਂ ਨੂੰ ਹੁਣ ਸ਼ੂਜ਼ ਚਾਹੀਦੇ ਸੀ, ਇਹਨਾਂ ਨੇ ਸ਼ੂਜ਼ ਲਿੱਤੇ ਆ। ਸੋ ਇਹ ਪ੍ਰੋਸੈਸ ਇੱਕ ਬਣਾਇਆ ਗਿਆ, ਕਿਉਂਕਿ ਇੱਥੇ ਕਈ ਵਾਰ ਇੱਦਾਂ ਦੀਆਂ ਲਾਈਨਾਂ ਲੱਗ ਰਹੀਆਂ ਸੀ, ਕਿਸੇ ਨੂੰ ਕੋਈ ਚੀਜ਼ ਦੀ ਨਹੀਂ ਵੀ ਲੋੜ ਹੁੰਦੀ ਸੀ, ਉਹ ਵੀ ਲਾਈਨ 'ਚ ਲੱਗੇ ਹੁੰਦੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਸਾਈਜ਼ ਆ ਰਿਹਾ ਨਹੀਂ ਆ ਰਿਹਾ। ਸੋ ਇਹ ਸੈਗਰੀਗੇਸ਼ਨ ਇਸ ਤਰੀਕੇ ਨਾਲ ਕੀਤੀ ਗਈ ਹੈ। ਸੋ ਆਹ ਇਹਨਾਂ ਨੂੰ ਕੰਬਲ ਚਾਹੀਦੇ ਸੀਗੇ ਜੀ, ਹਾਂਜੀ ਹਾਂਜੀ। ਆਹ ਭਾਈ ਸਾਹਿਬ ਨੂੰ ਜਿਵੇਂ ਹੁਣ ਬਲੈਂਕਟ ਚਾਹੀਦੇ ਸੀਗੇ, ਸੋ ਇੱਦਾਂ ਆਹ ਭਾਈ ਸਾਹਿਬ ਇਹਨਾਂ ਦਾ ਫਾਰਮ ਹੈ ਜੀ। ਸੋ ਇਹਨਾਂ ਨੂੰ ਸ਼ੂਜ਼ ਚਾਹੀਦੇ ਸੀਗੇ, ਉਹ ਸ਼ੂਜ਼ ਦੇ ਅੱਗੇ ਸਲਿੱਪਰ ਦੇ ਅੱਗੇ ਟਿੱਕ ਮਾਰਿਆ ਹੋਇਆ। ਸੋ ਇਹ ਸਾਰੇ ਕਾਰਜ ਜਿਹੜੇ ਖਾਲਸਾ ਏਡ ਦੇ ਵੱਲੋਂ ਜਿਹੜੇ ਚਲਾਏ ਜਾ ਰਹੇ ਨੇ, ਇੱਦਾਂ ਹੀ ਭਾਈ ਸਾਹਿਬ ਲੈ ਲਿਆ ਤੁਸੀਂ ਜੀ, ਤੁਸੀਂ ਕੀ ਲਿੱਤਾ ਜੀ? ਆਹ ਇਹਨਾਂ ਨੇ ਗਰਮ ਸੂਟ ਹੈ ਜਿਹੜਾ ਜੀ, ਉਹ ਇਹਨਾਂ ਦੀ ਲਿਸਟ ਦੇ ਵਿੱਚ ਸੀਗਾ। ਸੋ ਇਹ ਇਹਨਾਂ ਨੂੰ ਬੈਗ ਦੇ ਵਿੱਚ ਪਾ ਕੇ ਖਾਲਸਾ ਏਡ ਕਿਸਾਨ ਮੌਲ ਜਿਹੜਾ ਇਹ ਤਿਆਰ ਕੀਤਾ ਗਿਆ। ਅੱਜ ਸਾਡਾ ਪਹਿਲਾ ਦਿਨ ਹੈ ਜੀ ਟਿੱਕਰੀ ਬਾਰਡਰ ਦੇ ਉੱਤੇ, ਜਿੱਥੋਂ ਕਿ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਇੱਥੇ ਸਮਾਨ ਦੀ ਘਾਟ ਹੈ, ਪਰ ਸੰਗਤ ਦੇ ਪਿਆਰ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੀ ਸੇਵਾਵਾਂ ਜਿਹੜੀਆਂ ਨੇ ਇਹ ਖਾਲਸਾ ਏਡ ਦੇ ਵੱਲੋਂ ਜਾਰੀ ਨੇ। ਇਸੇ ਤਰ੍ਹਾਂ ਤੁਸੀਂ ਜਿਹੜਾ ਆਪਣਾ ਸਹਿਯੋਗ ਹੈ, ਪਿਆਰ ਹੈ ਉਹ ਦਿੰਦੇ ਰਹੋ, ਤਾਂ ਜੋ ਇਹ ਕਾਰਜ ਇਹ ਸਾਰੇ ਸੇਵਾਦਾਰ ਕਿਸਾਨ ਭਰਾਵਾਂ ਨੂੰ ਜੋ ਜੋ ਚੀਜ਼ਾਂ ਦੀ ਲੋੜਾਂ ਨੇ ਉਹ ਫਾਰਮ ਲੈ ਕੇ ਆ ਰਹੇ ਹਨ। ਸਾਡੇ ਵੀਰ ਅਸਿਸਟ ਕਰਕੇ ਉਹਨਾਂ ਨੂੰ ਜੋ ਜੋ ਸਮਾਨ ਚਾਹੀਦਾ। ਕੀ ਚਾਹੀਦਾ ਜੀ ਤੁਹਾਨੂੰ? ਲੋਹੀ ਚਾਹੀਦੀ ਹੈ। ਆਹ ਦੇਖੋ ਜੀ, ਇਹਨਾਂ ਨੂੰ ਲੋਹੀ ਤੇ ਚੱਪਲ, ਹਨਾ ਜੀ? ਕੀ ਚਾਹੀਦਾ ਤੁਹਾਨੂੰ? ਹਾਂ, ਥਰਮਲ ਇਨਰ ਵੀਅਰ ਤੇ ਲੋਹੀ ਚਾਹੀਦੀ ਹੈ। ਆਹ ਹੁਣ ਸਾਡੇ ਵੀਰ ਆਹ ਸੈਕਸ਼ਨ ਤੇ ਖੜੇ ਨੇ, ਆਹ ਲੋਹੀ ਤੇ ਇਨਰ ਆ ਜਿਹੜਾ ਇਹਨਾਂ ਨੂੰ ਦੇ ਕੇ, ਤੇ ਫਿਰ ਇਹਨਾਂ ਨੂੰ ਜਿਹੜੀ ਐਗਜ਼ਿਟ ਅਸੀਂ ਪਿੱਛੋਂ ਦੀ ਰੱਖੀ ਹੈ। ਸੋ ਇੱਕ ਐਂਟਰੀ ਬਣਾਈ ਗਈ ਹੈ, ਇੱਕ ਐਗਜ਼ਿਟ ਬਣਾਈ ਗਈ ਹੈ, ਤਾਂ ਜੋ ਪ੍ਰੋਪਰਲੀ ਇੱਕ ਪ੍ਰੋਸੈਸ ਦੇ ਤਹਿਤ ਜਿਹੜਾ ਇਹ ਸਾਰੇ ਕਾਰਜ ਨੇ ਇਹ ਸਾਰੇ ਹੋਣ। ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਇਹ ਸਾਰੇ ਇਸ ਸੈਕਸ਼ਨ ਦੇ ਵਿੱਚ, ਇਸ ਕਿਸਾਨ ਮੌਲ ਦੇ ਵਿੱਚ ਜਿਹੜੀ ਰੱਖੀ ਗਈ ਹੈ, ਚਾਹੇ ਉਹ ਸੂਈ ਧਾਗੇ ਤੋਂ ਲੈ ਕੇ ਨੇਲ ਕਟਰ ਨੇ, ਸੇਫਟੀ ਪਿੰਸ ਨੇ, ਸਾਰੇ ਹੀ ਆਈਟਮਸ ਜਿਹੜੀਆਂ ਇਹ ਖਾਲਸਾ ਏਡ ਦੇ ਇਸ ਮੌਲ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਨੇ। ਸੋ ਇਹ ਇੱਕ ਇਨੀਸ਼ੀਏਟ ਖਾਲਸਾ ਏਡ ਦੀ ਟੀਮ ਦੇ ਵੱਲੋਂ। ਸੋ ਸਾਰੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰੇ ਕਾਰਜ ਨੇ ਜਿਹੜੇ ਉਹ ਚੱਲ ਰਹੇ ਨੇ। ਸੋ ਇਸੇ ਤਰ੍ਹਾਂ ਤੁਸੀਂ ਆਪਣਾ ਸਹਿਯੋਗ ਤੇ ਪਿਆਰ ਦਿੰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।